ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵਾਂਸ ਅਗੇਨ ਗਾਇਜ਼ ਥਿਸ ਇਜ਼ ਮਨੀ ਸੰਧੂ ਯੂ ਵਾਚਿੰਗ ਮਾਈ ਲਾਈਵ ਤੁਹਾਡਾ ਆਪਣਾ ਯੂਟਿਊਬ ਚੈਨਲ ਜਿਸਦਾ ਨਾਮ ਹੈ ਮਨੀ ਸੰਧੂ ਮੀਡੀਆ ਹਾਊਸ ਅੱਜ ਸਾਡੇ ਨਾਲ ਮੌਜੂਦ ਨੇ ਪੰਜਾਬੀ ਇੰਡਸਟਰੀ ਦੇ ਬਹੁਤ ਹੀ ਘੈਂਟ ਬਹੁਤ ਹੀ ਔਸਮ ਸਿੰਗਰ ਹੈਰੀ ਗਰੇਵਾਲ ਜੀ 2007 ਦੇ ਵਿੱਚ ਹੈਰੀ ਗਰੇਵਾਲ ਜੀ ਦਾ ਇੱਕ ਸੌਂਗ ਆਇਆ ਸੀ ਛੱਲੇ ਮੁੰਦੀਆਂ ਔਰ ਬਹੁਤ ਹੀ ਹਾਈ ਪ੍ਰੋਫਾਈਲ ਗਾਣਾ ਸੀਗਾ ਬਹੁਤ ਹੀ ਹਾਈ ਰੇਟਿਡ ਸੌਂਗ ਮੰਨਿਆ ਗਿਆ ਸੀ ETC ਪੰਜਾਬੀ ਦੇ ਉਸ ਵੇਲੇ ਦਾ ਸੋ ਤੁਸੀਂ ਸਾਨੂੰ ਉਸ ਸੌਂਗ ਬਾਰੇ ਆਪਣੀ ਕੁਛ ਪੁਰਾਣੀਆਂ ਮੈਮਰੀਜ਼ ਤੁਹਾਡੇ ਨਾਲ ਜੁੜੀਆਂ ਹੋਈਆਂ ਨੇ ਸਾਨੂੰ ਉਹ ਦੱਸੋ ਸਾਡੇ ਦਰਸ਼ਕਾਂ ਨੂੰ ਉਸ ਗਾਣੇ ਤੋਂ ਪਹਿਲਾਂ ਵੀ ਮੇਰੇ ਕੈਸੇਟ ਆ ਚੁੱਕੀ ਆ ਦਿਲ ਹੋ ਗਏ ਮਹਿੰਗੇ ਉਸ ਦੇ ਵਿੱਚ ਮਤਲਬ ਤੇਜਵੰਤ ਕਿੱਟੂ ਦਾ ਮਿਊਜ਼ਿਕ ਆ ਅਤੇ ਉਹ ਪਹਿਲਾਂ ਦਿਲ ਹੋ ਗਏ ਦੈਟ ਵਾਜ ਫਸਟ ਕੈਸੇਟ ਮਤਲਬ ਆਪ ਕਹਿ ਸਕਦੇ ਹਾਂ ਪਹਿਲੀ ਉਹ ਸੀ ਦਿਲ ਹੋ ਗਏ ਮਹਿੰਗੇ ਦੇ ਬਾਅਦ 2007 'ਚ ਇਹ ਆਈ ਆ ਛੱਲੇ ਮੁੰਦੀਆਂ ਇਸ਼ਾਰੇ ਅਤੇ ਖੈਰ ਇਹਦਾ ਰਿਸਪੋਂਸ ਬਹੁਤ ਚੰਗਾ ਰਿਹਾ ਮੈਨੂੰ ਅਤੇ ਪ੍ਰੋਗਰਾਮਸ ਕਿੰਨੇ ਕੀਤੇ ਨੇ ਤਾਂ ਮੈਨੂੰ ਯਾਦ ਵੀ ਨਹੀਂ ਬਹੁਤ ਕੀਤੇ ਨੇ ਸਾਨੂੰ ਉਸ ਛੱਲੇ ਮੁੰਦੀਆਂ ਸੌਂਗ ਦੀ ਦੋ ਲਾਈਨਾਂ ਅਤੇ ਸਾਨੂੰ ਉਸ ਸੌਂਗ ਦੇ ਬਾਰੇ ਦੱਸੋ ਲਾਈਨਾਂ ਤਾਂ ਮੈਂ ਸੁਣਾ ਦੂੰ ਲੇਕਿਨ ਉਸ ਦੇ ਨਾਲ ਪਤਾ ਨਾ ਉਸ ਗਾਣੇ ਨਾਲ ਬਹੁਤ ਸਾਰੀਆਂ ਗੱਲਾਂ ਜੁੜੀਆਂ ਹੋਈਆਂ ਨੇ ਬਿਲਕੁਲ ਬਿਲਕੁਲ ਸਾਨੂੰ ਸੌਂਗ ਦੇ ਸੀਕਰੇਟ ਦੱਸੋ ਉਹਦਾ ਸੀਕਰੇਟ ਦੱਸ ਦਿੰਦਾ ਤੁਹਾਨੂੰ ਗਾਣਾ ਰਿਕਾਰਡ ਹੋਣ ਦੇ ਬਾਅਦ ਅਸੀਂ ਆਹ ਸੋਚਿਆ ਵੀ ਅਸੀਂ ਇਹਨੂੰ ਸ਼ੂਟ ਕਿੱਥੇ ਕੀਤਾ ਜਾਵੇ ਅਤੇ ਸਾਡੇ ਦੋਸਤ ਦੇ ਬਿਲਕੁਲ ਹੈਂ ਉਹਨਾਂ ਉਹ ਕਹਿਣ ਲੱਗੇ ਵੀ ਆਪਾਂ ਚੰਡੀਗੜ੍ਹ ਵੱਲ ਕਰਦੇ ਹਾਂ ਆਪਾਂ ਅਤੇ ਅਸੀਂ ਕਈ ਲੋਕੇਸ਼ਨਾਂ ਦੇਖੀਆਂ ਸੀ ਲੇਕਿਨ ਚੰਡੀਗੜ੍ਹ ਮੇਰੀ ਭੈਣ ਆ ਅਤੇ ਫੈਮਲੀ ਆ ਭਾਣਜਾ ਮੇਰਾ ਮਨੀ ਭਾਣਜੀ ਆ ਸਭ ਹੀ ਹੈਗੇ ਨੇ ਉਹਨਾਂ ਕਰਕੇ ਅਤੇ ਉਹਨਾਂ ਦੇ ਸਹਿਯੋਗ ਨਾਲ ਉਹਨਾਂ ਕੋਲ ਹੀ ਰਹੇ ਉਹਨਾਂ ਦੇ ਨਾਲ ਹੀ ਰਹਿ ਕੇ ਇਹ ਗਾਣਾ ਜਦ ਸ਼ੂਟ ਕੀਤਾ ਤਾਂ ਇਸ ਗਾਣੇ ਦਾ ਮਤਲਬ ਲੋਕ ਤਾਂ ਅੱਜ ਕੱਲ੍ਹ ਕਰਦੇ ਨੇ ਵੀ ਇੱਕ ਕੈਮਰਾ ਲਿਆ ਅਤੇ ਸ਼ੂਟ ਕਰ ਲਿਆ ਮੈਂ ਉਸ ਟਾਈਮ ਇਹ ਨਹੀਂ ਕਹਿੰਦਾ ਵੀ ਮੈਂ ਕੋਈ ਵੱਡੀ ਫਿਲਮ ਬਣਾ ਲਈ ਆ ਕਰ ਲਿਆ ਉਹ ਕਰ ਲਿਆ ਅਤੇ ਮੈਂ ਪੂਰਾ ਇਕਿਊਪਮੈਂਟ ਕਰੇਨ ਤੋਂ ਲੈ ਕੇ ਈਚ ਐਂਡ ਐਵਰੀਥਿੰਗ ਜੋ ਡਿਮਾਂਡ ਹੁੰਦੀ ਹੈ ਇੱਕ ਮੂਵੀ ਦੀ ਹੈ ਉਹ ਸਾਰੇ ਇਕਿਊਪਮੈਂਟ ਲੈ ਕੇ ਅਸੀਂ ਸ਼ੂਟ ਕੀਤਾ ਇਹ 2 ਦਿਨ ਇਹਨੂੰ ਸ਼ੂਟ ਕੀਤਾ ਅਤੇ ਉੱਥੇ 2 ਦਿਨ ਕਰਨ ਦੇ ਬਾਅਦ ਫਿਰ ਇੱਥੇ ਆ ਕੇ ਲਲਤੋਂ ਪਿੰਡ 'ਚ ਕੀਤਾ ਮਤਲਬ ਕਰੀਬ 4 ਦਿਨ ਲਗਾਤਾਰ ਸ਼ੂਟ ਕੀਤਾ ਇਹ ਗਾਣਾ ਵੀ ਇੱਕ ਕਲਾਕਾਰ ਨੂੰ ਹੋਰ ਕੀ ਚਾਹੀਦਾ ਦਰਸ਼ਕਾਂ ਦਾ ਸ਼ਰੋਤਿਆਂ ਦਾ ਪਿਆਰ ਹੀ ਚਾਹੀਦਾ ਬਹੁਤ ਪਿਆਰ ਮਿਲਿਆ ਮੈਨੂੰ ਫਿਰ ਡਾਂਸ ਦੀ ਆਪਣੇ ਗਾਣਿਆਂ ਦੇ ਵਿੱਚ ਇੱਕ ਅਲੱਗ ਟਾਈਪ ਦਾ ਇੱਕ ਜਿਹਨੂੰ ਆਪਾਂ ਕਹਿੰਦੇ ਨਾ ਖੁਸ਼ਬੂ ਜਾਂ ਇੱਕ ਕਹਿ ਲਓ ਮਹਿਕ ਮੈਜਿਕ ਮੈਜਿਕ ਆਪਾਂ ਕਹਿ ਸਕਦੇ ਹਾਂ ਕਿ ਮੈਜਿਕ ਆ ਪੰਜਾਬੀ ਮਿਊਜ਼ਿਕ ਦੇ ਵਿੱਚ ਮੈਜਿਕ ਮੈਜਿਕ ਆ ਛੱਲੇ ਮੁੰਦੀਆਂ ਜਿਹੜਾ 2007 ਦੇ ਵਿੱਚ ETC ਪੰਜਾਬੀ ਦੇ ਨੰਬਰ 5 ਦੇ ਵਿੱਚ ਸੌਂਗ ਤੁਹਾਡਾ ਚੱਲਦਾ ਸੀਗਾ ਔਰ ਕੰਟੀਨਿਊ ਚੱਲਦਾ ਸੀਗਾ ਸਾਨੂੰ ਉਸ ਸੌਂਗ ਦੀਆਂ 2 ਲਾਈਨਾਂ ਸਾਡੇ ਵਿਊਜ਼ ਨੂੰ ਗਾ ਕੇ ਜ਼ਰੂਰ ਸੁਣਾ ਛੱਲੇ ਮੁੰਦੀਆਂ ਤੂੰ ਖੱਤ ਸਾਰੇ ਮੋੜ ਗਈ ਛੱਲੇ ਮੁੰਦੀਆਂ ਤੂੰ ਖੱਤ ਸਾਰੇ ਮੋੜ ਗਈ ਆਸਾਂ ਵਾਲੇ ਮਹਿਲ ਮੁਨਾਰੇ ਤੋੜ ਗਈ ਆਸਾਂ ਵਾਲੇ ਮਹਿਲ ਮੁਨਾਰੇ ਤੋੜ ਗਈ ਇੱਕ ਚੀਜ਼ ਤੇਰੇ ਕੋਲੋਂ ਮੰਗਦੇ ਆ ਹੋਰ ਇੱਕ ਚੀਜ਼ ਤੇਰੇ ਕੋਲੋਂ ਮੰਗਦੇ ਆ ਹੋਰ 16 ਸਾਲ ਵਾਲੀ ਅਤਰੀ ਜਵਾਨੀ ਮੋੜ ਦੇ ਛੱਲੇ ਮੁੰਦੀਆਂ ਦਾ ਕੀ ਮੋੜਨਾ ਹੁੰਦਾ ਨਹੀਂ ਕੁਝ ਮੋੜਨਾ ਤਾਂ ਰੰਗਲੀ ਜਵਾਨੀ ਮੋੜ ਦੇ ਛੱਲੇ ਮੁੰਦੀਆਂ ਦਾ ਕੀ ਮੋੜਨਾ ਹੁੰਦਾ ਨਹੀਂ ਕੁਝ ਮੋੜਨਾ ਤਾਂ ਰੰਗਲੀ ਜਵਾਨੀ ਮੋੜ ਦੇ ਬਿਊਟੀਫੁੱਲ ਬਿਊਟੀਫੁੱਲ ਅੱਜ ਵੀ ਤੁਹਾਡੀ ਆਵਾਜ਼ ਦੇ ਵਿੱਚ ਉਹੀ ਅੰਦਾਜ਼ ਉਹੀ ਦਮਦਾਰ ਮੈਜੀਕਲ ਵੋਇਸ ਕਾਫੀ ਚਿਰ ਤੁਸੀਂ ਵਿੱਚੋਂ ਗਾਇਬ ਹੋ ਗਏ ਸੀਗੇ ਪਤਾ ਨਹੀਂ ਕਿੱਥੇ ਤੁਸੀਂ ਚਲੇ ਗਏ ਸੀਗੇ ਗਾਇਬ ਨਹੀਂ ਹੋਇਆ ਮੈਂ ਗਾਇਬ ਕਲਾਕਾਰ ਕਦੇ ਗਾਇਬ ਹੋ ਸਕਦਾ ਗਾਇਬ ਨਹੀਂ ਹੋਇਆ ਮੈਂ ਐਕਚੁਅਲੀ ਆਸਟ੍ਰੇਲੀਆ ਚਲੇ ਗਿਆ ਸੀ ਮੇਰਾ ਪਰਿਵਾਰ ਸਾਰਾ ਉੱਥੇ ਆ ਸਾਰੇ ਉੱਥੇ ਨੇ ਉਹ ਆਪਣੇ ਪਰਿਵਾਰ ਦੇ ਵਿੱਚ ਬੱਚਿਆਂ ਦੇ ਨਾਲ ਆਪਣੇ ਪਰਿਵਾਰ ਦੇ ਵਿੱਚ ਉੱਥੇ ਤੁਹਾਨੂੰ ਪਤਾ ਹੀ ਆਵੇ ਬੰਦਾ ਬਾਹਰ ਚਲੇ ਜਾਵੇ ਤਾਂ ਉਹ ਇੰਨੀ ਜਲਦੀ ਇੱਥੇ ਆਉਣਾ ਵੀ ਨਹੀਂ ਚਾਹੁੰਦਾ ਕਿਉਂਕਿ ਉੱਥੇ ਵੀ ਸ਼ੋਜ਼ ਵਗੈਰਾ ਕਰਦੇ ਰਹੇ ਪ੍ਰੋਗਰਾਮ ਕਰਦੇ ਰਹੇ ਉੱਥੇ ਹੀ ਰਿਹਾ ਇੰਨੇ ਸਾਲ ਅਤੇ ਹੁਣ ਮੈਂ ਵਾਪਸ ਇੰਡੀਆ ਆਇਆ ਅਤੇ ਨਾ ਹੁਣ ਮੈਂ ਚਾਹੁੰਦਾ ਵੀ ਫਿਰ ਤੋਂ ਗਾਣੇ ਕਰਕੇ ਨਾ ਕਿੱਥੋਂ ਸ਼ੁਰੂਆਤ ਕਰ ਰਹੇ ਹੋ ਅਤੇ ਕਿਹੜੇ ਕਿਹੜੇ ਸੌਂਗ ਸਾਡੇ ਆ ਰਹੇ ਨੇ ਹੁਣ ਸਾਨੂੰ ਦੱਸੋ ਸਾਰਿਆਂ ਨੂੰ ਸੌਂਗਸ ਤਾਂ ਮੇਰੇ 4-5 ਮਤਲਬ ਲਿਖੇ ਹੋਏ ਨੇ ਔਰ ਦੇ ਆਰ ਆਲਰੇਡੀ ਮਤਲਬ ਟਿਊਨ ਵੀ ਹੋਏ ਹੋਏ ਨੇ ਹੈ ਅਤੇ ਉਹਨਾਂ ਨੂੰ ਬਸ ਸਟੂਡੀਓ 'ਚ ਜਾ ਕੇ ਰਿਕਾਰਡ ਕਰਨ ਦੀ ਦੇਰ ਆ ਹੈ ਤਾਂ ਇੱਥੋਂ ਸਟਾਰਟ ਕਰਕੇ
फिर आपका अगे चली जाना क्योंकि कलाकार ने जब तक जिंदा उन्हें गाई जाना बस। बहुत बहुत वधिया गल कही और बाबा जी मेहर करे चढ़दी कला च रखण हमेशा हैरी जी नूं। सो सानूं एक चीज़ होर है कि गाना मेरे होर दिमाग च आ रहा है बहुत ही मतलब उस टाइम उस गाने तो बाद तुहाडे गाना हो रहा सी नैण ओदा भी वीडियो बहुत अच्छा बनिया सीगा। से प्लीज़ सानूं उस सोंग बारे दसो किने शूट किया ते किथे शूट किया है ना। ओह पहला वाला छल्ले मुंदिया किया सी बिलखू भाजी ने ते ये वाला गाना किया सीगा ये सतलुज नहर के आस पास किया सीगा है ते बाकी तुसी सही कहा वह गाना मेरे दिल के बहुत करीब आ मैनूं बहुत चंगा लगता गाना। एक्चुअली शायद तुहानू याद होवे उस टाइम मैं स्कूल च पढ़ता हुंदा सी ते जदों तुसी उस स्टूडियो दे विच गाना रिकॉर्ड कर रहे सी शायद तुसी याद होऊगा कि नहीं बट आई रिमैंबर दैट टाइम तुसी उस टाइम दे विच तुसी 40 मिंटां दे विच गाना अपना पूरा रिकॉर्ड कर लिया सीगा ते उस समय मैं भी उत्थे ही सीगा स्टूडियो दे विच। सो मैं अपनी अखी वेख्या तुसी उह गाना रिकॉर्ड किया नैण नैणा नाम लाए प्यार होया चंद्रा दिल साडा बसों बार होया चंद्रा रब डाडा कहर गुजार गया प्यार साडी जिंदगी उजाड़ गया प्यार साडी जिंदगी उजाड़ गया। वेरी नाइस वेरी नाइस। ये दो सोंग जड़े ने मैं हुण तक नहीं भुलिया ना मैं अगे आने वाले टाइम दे विच कदे भुलूंगा। सोंग्स इन्ने प्यारे ने लिरिक्स सर इन्ने वधिया ने। सो इस सोंग नू किन्हां ने शूट किया ते डायरेक्टर साहब उन्होंने ने भी सानू दसो माड़ा दर्शकां नू। ए मिस्टर कमान सीगे खन्ने दे सीगे हुण भी करदे ने गाने चंगे डायरेक्टर ने उन्होंने किया लिखा तो लिखा ये जेडे आ गाना लिखा ये नैण वाला तो छल्ले मुंदिया ये दोनों गाने सुखविंदर सुखी सुखविंदर मैं तो सुखी कहना उन पैर ना साया तो हाँ उस मुंडे ने लिखे बहुत बहुत टैलेंटेड है। उस टाइम की वीडियो दे विच ते हुण जिहड़ी वीडियोज़ बन रही ने तुहानू की लगता कि टैक्निकल चीज़ा किन्ना क चेंज होया वा। बहुत चेंज होया जी उस टाइम तो मतलब जब वीडियो करना हुंदा सी तां मतलब लगता हुंदा सी भी एक ग्लोरीफाई नहीं सीगे इन्ना चंगा नहीं लगता हुंदा सी हुण टैक्निक चंगी होण करके जिवें ड्रोन हो गया आया आ वो किन्नी सारी चीज़ा आ गया उन्होंने आन करके ना अजकल वी कैन मेक अ गुड गुड टू गुड वीडियो। अपने बारे दसो कि तुहाडे च इन्ने सालां दे विच की अपडेट आया जी। मेरे च अपडेट यही है भी मैं तो गाँवना सी उस तो ज़्यादा चंगा गाउण की कोशिश करूँगा मैं तो बाकी श्रोतियां ते इन्हां ते जिहड़े देख रहे ने जो इंटरव्यू देख रहे ने इन्हां दे उपर आ भी किस तरीके नाल मैनूं की अपनाउंदे ने। हाँ इन्ना मेरा दावा जरूर आ भी गाने होणगे तां उहनां गाने अगर वह नौ ने तो दस ही आऊगा गाना। ਤੁਹਾਡੀ ਫੈਮਿਲੀ ਦੇ ਵਿੱਚ ਸਭ ਤੋਂ ਜ਼ਿਆਦਾ ਯੋਗਦਾਨ ਕਿਹਦਾ ਰਿਹਾ? ਫੈਮਿਲੀ ਦੇਖੋ ਜੀ ਯੋਗਦਾਨ ਜਿਵੇਂ ਹੁੰਦਾ ਨਾ ਵੀ ਭਾਈ ਨੇ ਕਰਤਾ ਜਾਂ ਮਦਰ ਨੇ ਕਰਤਾ ਜਾਂ ਫਾਦਰ ਨੇ ਕਰਤਾ ਮੇਰੀ ਫੈਮਿਲੀ 'ਚ ਸਭ ਨੇ ਹੀ ਯੋਗਦਾਨ ਕੀਤਾ ਮੇਰੀ ਵਾਈਫ ਨੇ ਵੀ ਯੋਗਦਾਨ ਕੀਤਾ ਈਵਨ ਮੇਰੀ ਬੇਟੀ ਆ ਉਹ ਵੀ ਯੋਗਦਾਨ ਕਰਦੀ ਆ ਸਰ ਸਾਰੇ ਹੀ ਕਰ ਸਰ ਸਾਨੂੰ ਯਾਦ ਆਇਆ ਤੁਹਾਡੀ ਬੇਟੀ ਹੈ ਨਾ ਬੇਟੀ ਦਾ ਨਾਮ ਹੈ ਮੰਨਤ। ਹਾਂ ਮੰਨਤ ਮੰਨਤ ਜਿੰਨੀ ਤੁਹਾਡੀ ਪਿਆਰੀ ਬੇਟੀ ਦਾ ਨਾਮ ਹੈ ਓਨੀ ਹੀ ਤੁਹਾਡੀ ਪਿਆਰੀ ਗੁੜੀਆ ਮੰਨਤ ਵੀ ਹੈ। ਬੇਟੀ ਬਾਰੇ ਕੁਝ ਦੱਸੋ ਵਾਈਫ ਬਾਰੇ ਕੁਝ ਦੱਸੋ। ਬਹੁਤ ਹੀ ਸਿੰਪਲ ਜੀ ਲਾਈਫ ਆ ਜੀ ਦੇਖੋ ਬਿਟੀਆ ਵਾ ਉਹ ਪੜ੍ਹਦੀ ਆ ਹਲੇ ਉਹ ਪੜ੍ਹਨ 'ਚ ਵੀ ਬਹੁਤ ਚੰਗੀ ਆ ਅਤੇ ਦੂਜੀ ਜੋ ਮੇਰੀ ਵਾਈਫ ਆ ਸ਼ੀ ਇਜ਼ ਵੈਰੀ ਨਾਈਸ ਮਤਲਬ ਮੇਰੇ ਹਰ ਕੰਮ 'ਚ ਸਪੋਰਟ ਕਰਨਾ ਕਦੇ ਕਿਸੇ ਕੰਮ ਦੇ ਲਈ ਨਾ ਨਹੀਂ ਕਰਨੀ ਮਤਲਬ ਹਰ ਕੰਮ 'ਚ ਮੇਰੇ ਕੰਮ ਦੇ ਵਿੱਚ ਵੀ ਸਪੋਰਟ ਕਰਨਾ ਬਹੁਤ ਵੱਡੀ ਗੱਲ ਆ ਨਹੀਂ ਤਾਂ ਕਿ ਘਰਾਂ 'ਚ ਲਿਖਿਆ ਗਿਆ ਸਿੰਗਰ ਗਾ ਰਿਹਾ ਤਾਂ ਉਹਦੀ ਪਤਨੀ ਕੁਛ ਹੋਰ ਕਹਿ ਰਹੀ ਆ ਇਹ ਸਭ ਨਹੀਂ ਮਤਲਬ ਵਾਈਫ ਦਾ ਸਪੋਰਟ ਪਰਿਵਾਰ ਦਾ ਸਪੋਰਟ ਇਹਨਾਂ ਦੇ ਬਿਨਾਂ ਮੈਂ ਕੁਛ ਨਹੀਂ ਮੈਂ ਬਹੁਤ ਇਹਨਾਂ ਨੇ ਬਹੁਤ ਸਪੋਰਟ ਕੀਤਾ ਸਪੋਰਟ ਨਾਲ ਹੀ ਮੈਂ ਮਤਲਬ ਜਿੰਨਾ ਮੈਨੂੰ ਰਵਿੰਦਰ ਗਰੇਵਾਲ ਨੇ ਇੱਕ ਵਾਰ ਪੁੱਛ ਵੀ ਲਿਆ ਸੀ ਹੈਂ ਕਿ ਯਾਰ ਇੰਨੇ ਸ਼ੋਅ ਜਿੱਥੇ ਮੈਂ ਜਾਂਦਾ ਅੰਮ੍ਰਿਤਸਰ ਜਾਣਾ ਜਿੱਧਰ ਵੀ ਜਾਣਾ ਤੂੰ ਮਿਲ ਜਾਣਾ ਮੈਂ ਕਿਹਾ ਯਾਰ ਆਪਣੀ ਤੇਰੀ ਅਤੇ ਮੇਰੀ ਕੈਸੇ 'ਚ ਸਿਰਫ 6 ਮਹੀਨੇ ਦਾ ਫਰਕ ਆ ਹੈਂ ਉਹ ਇਸ ਦਿਨ ਮੇਰਾ ਐਸਾ ਦੋਸਤ ਬਣਿਆ ਵੀ ਬਸ ਇਹ ਇਹ ਹੁੰਦਾ ਲਾਈਫ ਦੇ ਵਿੱਚ ਵੀ ਬਸ ਸਪੋਰਟ ਵਾਈਫ ਦਾ ਵੀ ਬਹੁਤ ਆ ਬੇਟੀ ਦਾ ਵੀ ਆ
परिवार का भी असर, श्रोतियां का सब तो पहला, क्योंकि उसके बाद परिवार तो सब दे करते हैं। तुसी साढ़े दर्शकों को जाने जाने की मैसेज देना चाहोगे? मैसेज तो मैं मैसेज मैं एक चीज़ देखता जी, भाई अजकल कुछ गाने ऐसे चल रहे ने, चलते ने भी जो ना मतलब दिल नू नहीं लगते। कई गाने या माँ ते या पिता जी ते, जिमें आर नेट ने गाया सी, होर भी कई सिंगर ने गाया, सिद्धू मूसेवाले ने भी गाया, ऐसे चंगे गाने सुनना चंगा लगता। नहीं तो बाय गॉड वीडियो देख, मैं वीडियो बंद कर दिना, हटा दिना, क्योंकि वो ज़्यादा वो एक्सपोज ज़्यादा करते हैं, वो पसंद नहीं। एक्सपोज होना चाहिए, वो श्रोतों की पसंद होंगी, करना पैदा मजबूरी है डायरेक्टर की, पर मतलब मेरा यही है भी बस सिंपल चंगा हो, सभ्याचार हो, जिसे अपने लग्या पंजाब का सभ्याचार भी दिखे। बहुत बहुत धन्यवाद थोड़ा एक बार फिर। थोड़ा भी धन्यवाद जी, तुम मैं लभ के आए हो, तुम लभ के आए हो, पता नहीं देखो कहते ने कीड़े के घर रहना गया, वो वाली गल देखो। नहीं नहीं सर, असी तो हूँ तक सीखते पे हाँ सर, सोशल मीडिया इस टाइम बहुत उपर आ, सोशल मीडिया तो जो आ गया तो उसनों कुछ ना कुछ तो फायदा होना ही आ। मनी संधु मीडिया हाउस, मैं चाहना मेरे बनियों रब न हाथ जोड़ के अरदास है भी मनी संधु मीडिया हाउस एक दिन ऐसा हो जो मैं कैरी मिनाटी का भी लोग नाम भूल जाना है। यूट्यूब पर जाके मन्नत मन्नत रिकॉर्ड्स जरूर सर्च करो, और मन्नत रिकॉर्ड जो इन्हों बेटी का नाम से रखा हुआ यूट्यूब चैनल, सो सोंग सारे उन्होंने ऑलरेडी अपलोडिड ने। मनी संधु हर काम में वाकई हर काम बहुत चंगा होंगे, शेयर तो करना बन रहे हैं। मैं थोड़ू मैं एक कलाकार होने के नाते कहना भी ये बहुत सोहना काम करते हैं, तो इन्हों शेयर भी करना, इन्हों अगे बधाना ये थोड़े हाथ आ, श्रोतियों के हाथ आ। तो मेरे बनियों भी यह मतलब एक रिक्वेस्ट आ कि मनी संधु मीडिया हाउस नू बहुत बहुत धन्यवाद करदा मैं, अगे बधे बहुत अगे बढ़े। थैंक यू सर, थैंक यू सो मच। दर्शको मिलते हैं साड़ी अगली वीडियो के नाल, अगली इंटरव्यू के नाल, अगले गेस्ट के नाल। सो फिलहाल टेक केयर, सी यू, बाय।